ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇਸ ਵੇਲੇ ਨਿਘਾਰ ਵੱਲ ਵੱਧਦੇ ਪਏ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਇਹਨਾਂ ਦਾ ਅਨੁਮਾਨ ਉਦੋਂ ਲਾਇਆ ਜਾਂਦਾ ਹੈ ਜਦੋਂ ਸਿਆਸੀ ਪੱਧਰ ਦੇ ਉੱਤੇ ਅਕਾਲੀ ਦਲ ਦੀ ਪਰਫੋਰਮੈਂਸ ਦਾ ਵਿਸ਼ਲੇਸ਼ਣ ਕੀਤਾ ਜਾਵੇ। ਚੋਣਾਂ ਦੇ ਵਿੱਚ ਕਿੰਨੇ ਵੋਟ ਹਾਸਲ ਹੋਏ, ਕਿੰਨੀਆਂ ਸੀਟਾਂ ਜਿੱਤੀਆਂ ਗਈਆਂ, ਅਕਾਲੀ ਦਲ ਕਿੱਥੇ ਸੀ ਔਰ ਕਿੱਥੇ ਪਹੁੰਚ ਗਿਆ, ਕਿੰਨੀਆਂ ਸੀਟਾਂ ਪਹਿਲਾਂ ਜਿੱਤਦਾ ਸੀ, ਕਿੰਨੀਆਂ ਸੀਟਾਂ ਹੁਣ ਜਿੱਤ ਰਿਹਾ, ਇਹ ਸਾਰਾ ਕੁਝ ਮੈਟਰ ਕਰਦਾ ਅਕਾਲੀ ਦਲ ਦੀ ਮੌਜੂਦਾ ਸਥਿਤੀ ਡਿਟਰਮਿਨ ਕਰਨ ਵੇਲੇ। ਔਰ ਜਦੋਂ ਹੁਣ ਆ ਕੇ ਦੇਖਦੇ ਹਾਂ ਉਦੋਂ ਸਾਫ਼ ਕਲੀਅਰ ਹੁੰਦਾ ਕਿ ਅਕਾਲੀ ਦਲ ਜਿੱਥੇ ਪਹਿਲਾਂ ਸਰਕਾਰ ਬਣਾ ਰਿਹਾ ਸੀ ਪੰਜਾਬ ਦੇ ਅੰਦਰ, ਉੱਥੇ ਹੀ ਅੱਜ ਅਕਾਲੀ ਦਲ 3 ਵਿਧਾਨ ਸਭਾ ਸੀਟਾਂ ਤੱਕ ਸੀਮਿਤ ਹੋ ਕੇ ਰਹਿ ਗਿਆ, ਜਿਹਦੇ ਵਿੱਚੋਂ ਇੱਕ ਸੀਟ ਤਾਂ ਆਲਰੇਡੀ ਜਾ ਚੁੱਕੀ ਹੈ। ਦੂਜੇ ਪਾਸੇ ਇੱਕ ਸੀਟ ਲੋਕ ਸਭਾ ਵਿੱਚ ਆਈ, 13 ਸੀਟਾਂ ਦੇ ਵਿੱਚੋਂ ਇੱਕ ਸੀਟ ਲੋਕ ਸਭਾ ਦੇ ਵਿੱਚ ਆਈ, ਬਾਕੀ 10 ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋਈ, ਮਹਿਜ਼ 2 ਸੀਟਾਂ ਉੱਤੇ ਹਾਰ ਕੇ ਵੀ ਥੋੜ੍ਹੀ ਬਹੁਤ ਸਾਖ ਲੀਡਰ ਬਚਾ ਸਕੇ। ਇਹ ਸਥਿਤੀ ਅਕਾਲੀ ਦਲ ਦੀ ਬਣ ਚੁੱਕੀ ਹੈ ਪੰਜਾਬ ਦੇ ਅੰਦਰ, ਜਿਸ ਤੋਂ ਬਾਅਦ ਸਵਾਲ ਖੜ੍ਹਦਾ ਆ ਕਿ ਇਹ ਸਥਿਤੀ ਆਖਿਰ ਬਣੀ ਕਿਉਂ। ਇੱਕ ਪਾਰਟੀ ਜਿਹੜੀ ਪੰਜਾਬ 'ਤੇ ਰਾਜ ਕਰ ਰਹੀ ਸੀ, ਜਿਨ੍ਹਾਂ ਨੇ 25 ਸਾਲ ਰਾਜ ਹੰਡਾਇਆ, ਉਹ ਪਾਰਟੀ ਕਿਵੇਂ ਅਚਾਨਕ ਇਸ ਨਿਘਾਰ ਵੱਲ ਵੱਧ ਗਈ ਕਿ ਉਸ ਤੋਂ ਬਾਅਦ ਹੁਣ ਪਾਰਟੀ ਆਪਣੇ ਪੈਰਾਂ ਦੇ ਉੱਤੇ ਖੜ੍ਹੀ ਹੀ ਨਹੀਂ ਹੋ ਪਾ ਰਹੀ, ਇਹਦੇ ਵਿਧਾਇਕ ਬਣ ਹੀ ਨਹੀਂ ਰਹੇ, ਇਹਦੇ ਲੀਡਰਸ ਉੱਥੇ ਜਾ ਕੇ ਪਰਫੋਰਮ ਕਰ ਪਾ ਹੀ ਨਹੀਂ ਰਹੇ। ਆਖਿਰਕਾਰ ਕਾਰਨ ਕੀ ਹੈ, ਇਹਦੇ ਪਿੱਛੇ ਪ੍ਰੋਬਲਮ ਕਿੱਥੇ ਆਉਂਦੀ ਪਈ ਹੈ, ਦਿੱਕਤ ਕਿੱਥੇ ਆਉਂਦੀ ਪਈ ਹੈ, ਨਿਘਾਰ ਸ਼ੁਰੂ ਕਿੱਥੋਂ ਹੋਇਆ, ਸਵਾਲ ਤਾਂ ਬਥੇਰੇ ਨੇ। ਪਰ ਇੱਕ ਓਵਰਆਲ ਅੰਕੜਾ ਦੇ ਦਿੱਤਾ ਜਾਂਦਾ ਕਿ 2014 ਤੋਂ ਬਾਅਦ ਅਕਾਲੀ ਦਲ ਦੀ ਪਰਫੋਰਮੈਂਸ ਲਗਾਤਾਰ ਹੇਠਾਂ ਵੱਲ ਨੂੰ ਜਾਂਦੀ ਰਹੀ ਹੈ। ਕੰਪੈਰੇਟਿਵਲੀ ਜੇ 2014 ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ, ਉਸ ਵੇਲੇ ਅਕਾਲੀ ਦਲ ਦੀ ਸਿਚੁਏਸ਼ਨ ਬਹੁਤ ਡਿਫਰੈਂਟ ਸੀ, ਔਰ ਉਸ ਤੋਂ ਬਾਅਦ 2014 ਤੋਂ ਬਾਅਦ ਇਹ ਸਿਚੁਏਸ਼ਨ ਅਚਾਨਕ ਨਿਘਾਰ ਵੱਲ ਜਾਣ ਲੱਗ ਗਈ। ਲੋਕ ਸਭਾ ਇਲੈਕਸ਼ਨਸ ਹੋਣ ਜਾਂ ਵਿਧਾਨ ਸਭਾ ਇਲੈਕਸ਼ਨਸ ਹੋਣ, ਸਾਫ਼ ਕਿਹਾ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਤਾਂ ਦੁਬਾਰਾ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣ ਹੀ ਨਹੀਂ ਸਕੀ। ਹਾਲਾਂਕਿ ਇੱਕ ਸਿਚੁਏਸ਼ਨ ਇੱਦਾਂ ਦੀ ਬਣ ਗਈ ਸੀ ਕਿ ਕਦੇ ਕਾਂਗਰਸ ਦੀ ਅਤੇ ਕਦੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਸੀ, ਕਿਤੇ ਨਾ ਕਿਤੇ ਲੋਕ ਜਾਂ ਅਕਾਲੀ ਦਲ ਨੂੰ ਚੂਜ਼ ਕਰਦੇ ਸੀ, ਜੇ ਅਕਾਲੀ ਦਲ ਤੋਂ ਤੰਗ ਸੀ ਤਾਂ ਕਾਂਗਰਸ ਨੂੰ ਕਰ ਲੈਂਦੇ ਸੀ, ਕਾਂਗਰਸ ਤੋਂ ਫਿਰ ਤੰਗ ਆ ਕੇ ਦੁਬਾਰਾ ਅਕਾਲੀ ਦਲ ਵੱਲ ਰੁੱਖ ਕਰ ਲੈਂਦੇ ਸੀ। ਯਾਨੀ ਕਿ ਲੋਕਾਂ ਦੇ ਕੋਲ ਇੱਕ ਵਿਕਲਪ ਉਸ ਵੇਲੇ ਪਿਆ ਹੋਇਆ ਸੀ ਕਿ ਉਹ ਅਕਾਲੀ ਦਲ ਨੂੰ ਚੁਣ ਸਕਦੇ ਆ, ਅਕਾਲੀ ਦਲ ਉਹਨਾਂ ਦੀ ਗੱਲ ਮੰਨ ਸਕਦਾ, ਗੱਲ ਸੁਣ ਸਕਦਾ। ਪਰ 25 ਸਾਲਾਂ ਦੇ ਇਤਿਹਾਸ ਚੂਰ ਚੂਰ ਕਿਵੇਂ ਹੋ ਗਿਆ, ਕਿਵੇਂ ਲੋਕਾਂ ਨੇ ਇਸ ਵਾਰ ਜਦੋਂ ਕਾਂਗਰਸ ਚੂਜ਼ ਕੀਤੀ, ਯਾਨੀ ਕਿ 2017 ਦੀਆਂ ਇਲੈਕਸ਼ਨਸ ਦੇ ਵਿੱਚ ਜਦੋਂ ਕਾਂਗਰਸ ਨੂੰ ਚੂਜ਼ ਕੀਤਾ, ਉਸ ਤੋਂ ਬਾਅਦ 2022 ਦੇ ਵਿੱਚ ਅਕਾਲੀ ਸਰਕਾਰ ਆ ਹੀ ਨਹੀਂ ਸਕੀ, 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲ ਨੂੰ ਮੂੰਹ ਕਰ ਲਿਆ ਲੋਕਾਂ ਨੇ, ਇਹੋ ਜਿਹੀ ਕੀ ਸਿਚੁਏਸ਼ਨ ਬਣ ਗਈ। ਜਿਵੇਂ ਕਿਹਾ ਕਿ ਲੋਕ ਤਾਂ ਕਹਿੰਦੇ ਕਿ 2014 ਤੋਂ ਬਾਅਦ ਨਿਘਾਰ ਵੱਧਦਾ ਚੱਲਿਆ ਗਿਆ, ਉਸੇ ਵਿੱਚ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਨੇ ਕੁਝ ਗੱਲਾਂ ਕੁਝ ਤੱਥ ਸਾਹਮਣੇ ਰੱਖੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿੱਧੇ ਹਮਲੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਸਾਧੇ ਨੇ। ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਮਾਲਵਿੰਦਰ ਮਾਲੀ, ਸੀਨੀਅਰ ਪੱਤਰਕਾਰ ਜਿਹੜੇ ਨੇ, ਉਹ ਵੱਡੇ ਇਲਜ਼ਾਮ ਲਾਉਂਦੇ ਨਜ਼ਰ ਆਏ ਨੇ। ਸਭ ਤੋਂ ਪਹਿਲਾਂ ਤਾਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਸੁਖਬੀਰ ਸਿੰਘ ਬਾਦਲ ਨੇ। ਜੇ ਅਕਾਲੀ ਦਲ ਕਹਿੰਦੇ ਲੀਹੀ ਤੋਂ ਲੱਥਿਆ ਆ, ਤਾਂ ਇਹਦੇ ਪਿੱਛੇ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ, ਇਹ ਮਾਲਵਿੰਦਰ ਸਿੰਘ ਮਾਲੀ ਆਪਣੀ ਇੰਟਰਵਿਊ ਦੇ ਵਿੱਚ ਦਾਅਵਾ ਕਰਦੇ ਨੇ। ਉਹ ਕਹਿੰਦੇ ਨੇ ਕਿ ਅੱਜ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਜਿੱਥੇ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਆਪਣੇ ਆਪ ਨੂੰ ਬਚਾਉਣ 'ਤੇ ਲੱਗੇ ਹੋਏ ਨੇ, ਜਦਕਿ ਪੰਥਕ ਭਾਵਨਾਵਾਂ ਜਿਹੜੀਆਂ ਨੇ ਉਹ ਅਕਾਲੀ ਲੀਡਰਾਂ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ। ਇਹ ਦਾਅਵਾ ਕੀਤਾ ਗਿਆ
ਮਾਲਵਿੰਦਰ ਸਿੰਘ ਮਾਲੀ ਵੱਲੋਂ। ਇਸ ਇੰਟਰਵਿਊ ਦੇ ਵਿੱਚ ਇੱਕ ਪੱਖ ਇੱਦਾਂ ਦਾ ਵੀ ਆਇਆ ਜਦੋਂ ਸਵਾਲ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਨਿਗਾਹ ਵਿੱਚ ਅਜੇ ਵੀ ਬਾਕੀ ਦੇ ਲੀਡਰ ਹੀ ਸਾਰੇ ਪਾਰਟੀ ਦੇ ਨਿਗਾਰ ਦਾ ਕਾਰਨ ਨੇ, ਕੀ ਸੁਖਬੀਰ ਸਿੰਘ ਬਾਦਲ ਦੇ ਮੁਤਾਬਕ ਬਾਕੀ ਲੀਡਰ ਜਿਹੜੇ ਸਹੀ ਤਰ੍ਹਾਂ ਪਰਫੋਰਮ ਨਹੀਂ ਕਰ ਪਾ ਰਹੇ ਇਲੈਕਸ਼ਨਸ ਦੇ ਵਿੱਚ, ਕੀ ਅਕਾਲੀ ਦਲ ਦੇ ਨਿਗਾਰ ਵਾਸਤੇ ਉਹੀ ਇੱਕ ਵੱਡਾ ਕਾਰਨ ਨੇ, ਉਹੀ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਬਣੇ ਹੋਏ ਨੇ ਅਕਾਲੀ ਦਲ ਵਾਸਤੇ? ਅਤੇ ਇਹਦੇ ਜਵਾਬ ਦੇ ਇਵਜ਼ ਦੇ ਵਿੱਚ ਮਾਲਵਿੰਦਰ ਮਾਲੀ ਨੇ ਇਹ ਜਵਾਬ ਦਿੱਤਾ ਹੈ ਕਿ ਅਕਾਲੀ ਦਲ ਦੇ ਨਿਗਾਰ ਦੇ ਕੰਢੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਵੇਲੇ ਹੀ ਸ਼ੁਰੂ ਹੋ ਗਏ ਸਨ। ਦਾਅਵਾ ਕਰਦੇ ਨੇ ਮਾਲਵਿੰਦਰ ਮਾਲੀ ਕਿ ਵੱਡੇ ਬਾਦਲ ਸਾਹਿਬ ਦੇ ਰਾਜ ਵੇਲੇ ਹੀ ਇਹ ਨਿਗਾਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ, ਇਹ ਨਿਗਾਰ ਦਿਖਣਾ ਸ਼ੁਰੂ ਹੋ ਗਿਆ ਸੀ, ਔਰ ਨਿਗਾਰ ਦੇ ਕੰਢੇ ਜਿਹੜੇ ਨੇ ਉਸੇ ਵੇਲੇ ਬੀਜੇ ਜਾ ਚੁੱਕੇ ਸੀ। ਮਾਲਵਿੰਦਰ ਮਾਲੀ ਇਸ ਗੱਲ ਦਾ ਦਾਅਵਾ ਕਰਦੇ ਨੇ। ਉਹਨਾਂ ਨੇ ਹਵਾਲਾ ਲਿਆ ਆ ਉਸ ਵੇਲੇ ਦਾ ਜਦੋਂ ਬੀਜੇਪੀ ਨੂੰ ਬਗੈਰ ਸ਼ਰਤ ਸਮਰਥਨ ਦੇ ਦਿੱਤਾ ਗਿਆ ਸੀ। ਉਹ ਸਿਆਸਤ ਵਿੱਚ, ਖਾਸ ਕਰਕੇ ਅਕਾਲੀ ਸਿਆਸਤ ਵਿੱਚ ਇੱਕ ਵੱਡਾ ਟਰਨਓਵਰ ਸੀਗਾ, ਕਿਉਂਕਿ ਅਕਾਲੀ ਸਿਆਸਤ ਜਿਹੜੀ ਹੈ ਉਹ ਭਾਵੇਂ ਕਿ ਨੋਰਮਲ ਵੇ ਨਾਲ ਚੱਲਦੀ ਪਈ ਸੀ, ਪਰ ਅਚਾਨਕ ਬੀਜੇਪੀ ਨੂੰ ਬਗੈਰ ਸ਼ਰਤ ਸਮਰਥਨ ਦੇ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਫੈਸਲਾ ਸੀ, ਜਿਸ ਨੂੰ ਪੰਥਕ ਤੌਰ ਦੇ ਉੱਤੇ ਜਾਂ ਫਿਰ ਪੰਥ ਦੀ ਸਿਆਸਤ ਦੇ ਤੌਰ ਦੇ ਉੱਤੇ ਜ਼ਿਆਦਾ ਸਰਾਹਿਆ ਨਹੀਂ ਜਾਂਦਾ, ਪਰ ਇਸ ਦੇ ਬਾਵਜੂਦ ਇਹ ਸਮਰਥਨ ਜਿਹੜਾ ਬਗੈਰ ਸ਼ਰਤ ਤੋਂ ਦਿੱਤਾ ਗਿਆ ਸੀ, ਔਰ ਇਸ ਬਗੈਰ ਸ਼ਰਤ ਦਿੱਤੇ ਸਮਰਥਨ ਦਾ ਇੱਕ ਵੱਡਾ ਰੋਲ ਰਿਹਾ ਆ ਮਾਲਵਿੰਦਰ ਸਿੰਘ ਮਾਲੀ ਦੇ ਕਹਿਣ ਮੁਤਾਬਕ ਇਸ ਨਿਗਾਰ ਦੇ ਅੰਦਰ। ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਬਗੈਰ ਸ਼ਰਤ ਸਮਰਥਨ ਦੇਣ ਕਾਰਨ ਪੰਜਾਬ ਦੇ ਅਤੇ ਪੰਥ ਦੇ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਇਸੇ ਤਰ੍ਹਾਂ ਜ਼ਾਇਆ ਚਲੇ ਗਏ, ਉਹ ਅੱਖੋਂ ਪਰੋਖੇ ਹੋ ਗਏ, ਔਰ ਪੰਜਾਬ ਦੇ ਲੋਕਾਂ ਨੇ ਇਹ ਸਵੀਕਾਰ ਨਹੀਂ ਸੀ। ਇਸ ਦੇ ਨਾਲ ਨਾਲ ਦਾਅਵਾ ਕੀਤਾ ਗਿਆ ਕਿ ਬਹੁਤ ਸਾਰੇ ਵਾਅਦੇ ਵੀ ਹੋਏ ਨੇ। ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਬਹੁਤ ਸਾਰੇ ਵਾਅਦੇ ਹੋਏ ਨੇ, ਜਿਹੜੇ ਵਾਅਦੇ ਅਕਾਲੀ ਸਰਕਾਰ ਨੇ ਕੀਤੇ ਜਾਂ ਅਕਾਲੀ ਲੀਡਰਾਂ ਨੇ ਬਾਅਦ ਵਿੱਚ ਸਰਕਾਰ ਤੋਂ ਬਾਅਦ ਕੀਤੇ, ਉਹਨਾਂ ਵਾਅਦਿਆਂ ਦੇ ਵਿੱਚ 2015 ਦੀ ਜਾਂਚ ਵੀ ਸੀ, 2015 ਬੇਅਦਬੀ ਕਾਂਡ ਅਤੇ ਗੋਲੀ ਕਾਂਡ ਦੀ ਜਾਂਚ ਵੀ ਸੀ, ਬਹੁਤ ਸਾਰੀਆਂ ਚੀਜ਼ਾਂ ਕਹੀਆਂ ਗਈਆਂ, ਪਰ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਹੋਇਆ ਕੁਝ ਵੀ ਨਹੀਂ, ਜਿਸ ਵਾਸਤੇ ਪੰਥ ਦੇ ਵਿੱਚ ਰੋਸ ਦੁੱਗਣਾ ਹੋ ਗਿਆ। ਉਹ ਕਹਿੰਦੇ ਨੇ ਇਸ ਦੇ ਵਿੱਚ ਇਜ਼ਹਾਰ ਆਲਮ ਅਤੇ DGP ਸੁਮੇਧ ਸੈਣੀ ਵੱਲੋਂ ਬਣਾਈਆਂ ਆਪਣੀਆਂ ਫੌਜਾਂ ਦਾ ਸਮਰਥਨ ਵੀ ਸੀ। ਉਹਨਾਂ ਨੇ ਆਪਣੇ ਵੱਲੋਂ ਪੁਲਿਸ ਗੱਠ ਜਿਹੜੇ ਨੇ ਉਹ ਬਣਾਏ ਸਨ, ਜੋ ਕਥਿਤ ਤੌਰ ਦੇ ਉੱਤੇ ਉਸ ਵੇਲੇ ਅਪਰਾਧੀਆਂ ਦੇ ਨਾਲ ਜੂਝ ਰਹੇ ਸਨ। ਪਰ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਉਹਨਾਂ ਦੀਆਂ ਬਣਾਈਆਂ ਫੌਜਾਂ ਦਾ ਸਮਰਥਨ ਜਿਹੜਾ ਉਹ ਕੀਤਾ ਗਿਆ, ਔਰ ਉਹਦੇ ਨਾਲ ਨਾਲ ਮਾਲਵਿੰਦਰ ਮਾਲੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਰਕਾਰੀ ਪੱਧਰ ਦੇ ਉੱਤੇ ਉਹਨਾਂ ਦੇ ਕੇਸ ਜਿਹੜੇ ਨੇ ਉਹ ਲੜਾਏ ਗਏ ਨੇ, ਇਹ ਵੀ ਇਲਜ਼ਾਮ ਉਹਨਾਂ ਨੇ ਲਗਾਇਆ। ਇਸ ਦੇ ਨਾਲ ਨਾਲ ਮਾਲਵਿੰਦਰ ਮਾਲੀ ਨੇ ਵੱਡਾ ਇਲਜ਼ਾਮ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਸਾਧਿਆ। ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਨੇ ਰਲ ਕੇ ਅਕਾਲੀ ਦਲ ਦਾ ਘਾਣ ਕੀਤਾ। ਮਾਲਵਿੰਦਰ ਮਾਲੀ ਦਾ ਇਹ ਵੱਡਾ ਇਲਜ਼ਾਮ ਦੋਵਾਂ ਦੇ ਉੱਤੇ, ਦੋਵੇਂ ਵੱਡੇ ਲੀਡਰ ਅਕਾਲੀ ਦਲ ਦੇ, ਪਰ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਇਹਨਾਂ ਦੋਵਾਂ ਲੀਡਰਾਂ ਨੇ ਅਕਾਲੀ ਦਲ ਦਾ ਘਾਣ ਕੀਤਾ। ਖੈਰ, ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੇ ਇਹਨਾਂ ਵਿਚਾਰਾਂ ਬਾਰੇ ਤੁਸੀਂ ਸਹਿਮਤੀ ਰੱਖਦੇ ਹੋ ਜਾਂ ਨਹੀਂ, ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ, ਔਰ ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇਸ ਵੇਲੇ ਨਿਘਾਰ ਵੱਲ ਵੱਧਦੇ ਪਏ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਔਰ ਇਹਨਾਂ ਦਾ ਅਨੁਮਾਨ ਉਦੋਂ ਲਾਇਆ ਜਾਂਦਾ ਹੈ ਜਦੋਂ ਸਿਆਸੀ ਪੱਧਰ ਦੇ ਉੱਤੇ ਅਕਾਲੀ ਦਲ ਦੀ ਪਰਫੋਰਮੈਂਸ ਦਾ ਵਿਸ਼ਲੇਸ਼ਣ ਕੀਤਾ ਜਾਵੇ।
ਚੋਣਾਂ ਦੇ ਵਿੱਚ ਕਿੰਨੇ ਵੋਟ ਹਾਸਲ ਹੋਏ, ਕਿੰਨੀਆਂ ਸੀਟਾਂ ਜਿੱਤੀਆਂ ਗਈਆਂ, ਅਕਾਲੀ ਦਲ ਕਿੱਥੇ ਸੀ ਔਰ ਕਿੱਥੇ ਪਹੁੰਚ ਗਿਆ, ਕਿੰਨੀਆਂ ਸੀਟਾਂ ਪਹਿਲਾਂ ਜਿੱਤਦਾ ਸੀ, ਕਿੰਨੀਆਂ ਸੀਟਾਂ ਹੁਣ ਜਿੱਤ ਰਿਹਾ, ਇਹ ਸਾਰਾ ਕੁਝ ਮੈਟਰ ਕਰਦਾ ਅਕਾਲੀ ਦਲ ਦੀ ਮੌਜੂਦਾ ਸਥਿਤੀ ਡਿਟਰਮਿਨ ਕਰਨ ਵੇਲੇ। ਔਰ ਜਦੋਂ ਹੁਣ ਆ ਕੇ ਦੇਖਦੇ ਹਾਂ ਉਦੋਂ ਸਾਫ਼ ਕਲੀਅਰ ਹੁੰਦਾ ਕਿ ਅਕਾਲੀ ਦਲ ਜਿੱਥੇ ਪਹਿਲਾਂ ਸਰਕਾਰ ਬਣਾ ਰਿਹਾ ਸੀ ਪੰਜਾਬ ਦੇ ਅੰਦਰ, ਉੱਥੇ ਹੀ ਅੱਜ ਅਕਾਲੀ ਦਲ 3 ਵਿਧਾਨ ਸਭਾ ਸੀਟਾਂ ਤੱਕ ਸੀਮਿਤ ਹੋ ਕੇ ਰਹਿ ਗਿਆ, ਜਿਹਦੇ ਵਿੱਚੋਂ ਇੱਕ ਸੀਟ ਤਾਂ ਆਲਰੇਡੀ ਜਾ ਚੁੱਕੀ ਹੈ। ਦੂਜੇ ਪਾਸੇ ਇੱਕ ਸੀਟ ਲੋਕ ਸਭਾ ਵਿੱਚ ਆਈ, 13 ਸੀਟਾਂ ਦੇ ਵਿੱਚੋਂ ਇੱਕ ਸੀਟ ਲੋਕ ਸਭਾ ਦੇ ਵਿੱਚ ਆਈ, ਬਾਕੀ 10 ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋਈ, ਮਹਿਜ਼ 2 ਸੀਟਾਂ ਉੱਤੇ ਹਾਰ ਕੇ ਵੀ ਥੋੜ੍ਹੀ ਬਹੁਤ ਸਾਖ ਲੀਡਰ ਬਚਾ ਸਕੇ। ਇਹ ਸਥਿਤੀ ਅਕਾਲੀ ਦਲ ਦੀ ਬਣ ਚੁੱਕੀ ਹੈ ਪੰਜਾਬ ਦੇ ਅੰਦਰ, ਜਿਸ ਤੋਂ ਬਾਅਦ ਸਵਾਲ ਖੜ੍ਹਦਾ ਆ ਕਿ ਇਹ ਸਥਿਤੀ ਆਖਿਰ ਬਣੀ ਕਿਉਂ। ਇੱਕ ਪਾਰਟੀ ਜਿਹੜੀ ਪੰਜਾਬ 'ਤੇ ਰਾਜ ਕਰ ਰਹੀ ਸੀ, ਜਿਨ੍ਹਾਂ ਨੇ 25 ਸਾਲ ਰਾਜ ਹੰਡਾਇਆ, ਉਹ ਪਾਰਟੀ ਕਿਵੇਂ ਅਚਾਨਕ ਇਸ ਨਿਘਾਰ ਵੱਲ ਵੱਧ ਗਈ ਕਿ ਉਸ ਤੋਂ ਬਾਅਦ ਹੁਣ ਪਾਰਟੀ ਆਪਣੇ ਪੈਰਾਂ ਦੇ ਉੱਤੇ ਖੜ੍ਹੀ ਹੀ ਨਹੀਂ ਹੋ ਪਾ ਰਹੀ, ਇਹਦੇ ਵਿਧਾਇਕ ਬਣ ਹੀ ਨਹੀਂ ਰਹੇ, ਇਹਦੇ ਲੀਡਰਸ ਉੱਥੇ ਜਾ ਕੇ ਪਰਫੋਰਮ ਕਰ ਪਾ ਹੀ ਨਹੀਂ ਰਹੇ। ਆਖਿਰਕਾਰ ਕਾਰਨ ਕੀ ਹੈ, ਇਹਦੇ ਪਿੱਛੇ ਪ੍ਰੋਬਲਮ ਕਿੱਥੇ ਆਉਂਦੀ ਪਈ ਹੈ, ਦਿੱਕਤ ਕਿੱਥੇ ਆਉਂਦੀ ਪਈ ਹੈ, ਨਿਘਾਰ ਸ਼ੁਰੂ ਕਿੱਥੋਂ ਹੋਇਆ, ਸਵਾਲ ਤਾਂ ਬਥੇਰੇ ਨੇ। ਪਰ ਇੱਕ ਓਵਰਆਲ ਅੰਕੜਾ ਦੇ ਦਿੱਤਾ ਜਾਂਦਾ ਕਿ 2014 ਤੋਂ ਬਾਅਦ ਅਕਾਲੀ ਦਲ ਦੀ ਪਰਫੋਰਮੈਂਸ ਲਗਾਤਾਰ ਹੇਠਾਂ ਵੱਲ ਨੂੰ ਜਾਂਦੀ ਰਹੀ ਹੈ। ਕੰਪੈਰੇਟਿਵਲੀ ਜੇ 2014 ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ, ਉਸ ਵੇਲੇ ਅਕਾਲੀ ਦਲ ਦੀ ਸਿਚੁਏਸ਼ਨ ਬਹੁਤ ਡਿਫਰੈਂਟ ਸੀ, ਔਰ ਉਸ ਤੋਂ ਬਾਅਦ 2014 ਤੋਂ ਬਾਅਦ ਇਹ ਸਿਚੁਏਸ਼ਨ ਅਚਾਨਕ ਨਿਘਾਰ ਵੱਲ ਜਾਣ ਲੱਗ ਗਈ। ਲੋਕ ਸਭਾ ਇਲੈਕਸ਼ਨਸ ਹੋਣ ਜਾਂ ਵਿਧਾਨ ਸਭਾ ਇਲੈਕਸ਼ਨਸ ਹੋਣ, ਸਾਫ਼ ਕਿਹਾ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਤਾਂ ਦੁਬਾਰਾ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣ ਹੀ ਨਹੀਂ ਸਕੀ। ਹਾਲਾਂਕਿ ਇੱਕ ਸਿਚੁਏਸ਼ਨ ਇੱਦਾਂ ਦੀ ਬਣ ਗਈ ਸੀ ਕਿ ਕਦੇ ਕਾਂਗਰਸ ਦੀ ਅਤੇ ਕਦੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਸੀ, ਕਿਤੇ ਨਾ ਕਿਤੇ ਲੋਕ ਜਾਂ ਅਕਾਲੀ ਦਲ ਨੂੰ ਚੂਜ਼ ਕਰਦੇ ਸੀ, ਜੇ ਅਕਾਲੀ ਦਲ ਤੋਂ ਤੰਗ ਸੀ ਤਾਂ ਕਾਂਗਰਸ ਨੂੰ ਕਰ ਲੈਂਦੇ ਸੀ, ਕਾਂਗਰਸ ਤੋਂ ਫਿਰ ਤੰਗ ਆ ਕੇ ਦੁਬਾਰਾ ਅਕਾਲੀ ਦਲ ਵੱਲ ਰੁੱਖ ਕਰ ਲੈਂਦੇ ਸੀ। ਯਾਨੀ ਕਿ ਲੋਕਾਂ ਦੇ ਕੋਲ ਇੱਕ ਵਿਕਲਪ ਉਸ ਵੇਲੇ ਪਿਆ ਹੋਇਆ ਸੀ ਕਿ ਉਹ ਅਕਾਲੀ ਦਲ ਨੂੰ ਚੁਣ ਸਕਦੇ ਆ, ਅਕਾਲੀ ਦਲ ਉਹਨਾਂ ਦੀ ਗੱਲ ਮੰਨ ਸਕਦਾ, ਗੱਲ ਸੁਣ ਸਕਦਾ। ਪਰ 25 ਸਾਲਾਂ ਦੇ ਇਤਿਹਾਸ ਚੂਰ ਚੂਰ ਕਿਵੇਂ ਹੋ ਗਿਆ, ਕਿਵੇਂ ਲੋਕਾਂ ਨੇ ਇਸ ਵਾਰ ਜਦੋਂ ਕਾਂਗਰਸ ਚੂਜ਼ ਕੀਤੀ, ਯਾਨੀ ਕਿ 2017 ਦੀਆਂ ਇਲੈਕਸ਼ਨਸ ਦੇ ਵਿੱਚ ਜਦੋਂ ਕਾਂਗਰਸ ਨੂੰ ਚੂਜ਼ ਕੀਤਾ, ਉਸ ਤੋਂ ਬਾਅਦ 2022 ਦੇ ਵਿੱਚ ਅਕਾਲੀ ਸਰਕਾਰ ਆ ਹੀ ਨਹੀਂ ਸਕੀ, 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲ ਨੂੰ ਮੂੰਹ ਕਰ ਲਿਆ ਲੋਕਾਂ ਨੇ, ਇਹੋ ਜਿਹੀ ਕੀ ਸਿਚੁਏਸ਼ਨ ਬਣ ਗਈ। ਜਿਵੇਂ ਕਿਹਾ ਕਿ ਲੋਕ ਤਾਂ ਕਹਿੰਦੇ ਕਿ 2014 ਤੋਂ ਬਾਅਦ ਨਿਘਾਰ ਵੱਧਦਾ ਚੱਲਿਆ ਗਿਆ, ਉਸੇ ਵਿੱਚ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਨੇ ਕੁਝ ਗੱਲਾਂ ਕੁਝ ਤੱਥ ਸਾਹਮਣੇ ਰੱਖੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿੱਧੇ ਹਮਲੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਸਾਧੇ ਨੇ। ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਮਾਲਵਿੰਦਰ ਮਾਲੀ, ਸੀਨੀਅਰ ਪੱਤਰਕਾਰ ਜਿਹੜੇ ਨੇ ਉਹ ਵੱਡੇ ਇਲਜ਼ਾਮ ਲਾਉਂਦੇ ਨਜ਼ਰ ਆਏ ਨੇ। ਸਭ ਤੋਂ ਪਹਿਲਾਂ ਤਾਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਸੁਖਬੀਰ ਸਿੰਘ ਬਾਦਲ ਨੇ। ਜੇ ਅਕਾਲੀ ਦਲ ਕਹਿੰਦੇ ਲੀਹੀ ਤੋਂ ਲੱਥਿਆ ਆ, ਤਾਂ ਇਹਦੇ ਪਿੱਛੇ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ, ਇਹ ਮਾਲਵਿੰਦਰ ਸਿੰਘ ਮਾਲੀ ਆਪਣੀ ਇੰਟਰਵਿਊ ਦੇ ਵਿੱਚ ਦਾਅਵਾ ਕਰਦੇ ਨੇ। ਉਹ ਕਹਿੰਦੇ ਨੇ ਕਿ ਅੱਜ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਜਿੱਥੇ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਆਪਣੇ ਆਪ ਨੂੰ ਬਚਾਉਣ 'ਤੇ ਲੱਗੇ ਹੋਏ ਨੇ, ਜਦਕਿ ਪੰਥਕ ਭਾਵਨਾਵਾਂ ਜਿਹੜੀਆਂ ਨੇ ਉਹ ਅਕਾਲੀ ਲੀਡਰਾਂ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ। ਇਹ ਦਾਅਵਾ ਕੀਤਾ ਗਿਆ ਮਾਲਵਿੰਦਰ ਸਿੰਘ ਮਾਲੀ ਵੱਲੋਂ। ਇਸ ਇੰਟਰਵਿਊ ਦੇ ਵਿੱਚ ਇੱਕ ਪੱਖ ਇੱਦਾਂ ਦਾ ਵੀ ਆਇਆ ਜਦੋਂ ਸਵਾਲ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਨਿਗਾਹ ਵਿੱਚ ਅਜੇ ਵੀ ਬਾਕੀ ਦੇ ਲੀਡਰ ਹੀ ਸਾਰੇ ਪਾਰਟੀ ਦੇ ਨਿਘਾਰ ਦਾ ਕਾਰਨ ਨੇ।
ਕਿ ਸੁਖਬੀਰ ਸਿੰਘ ਬਾਦਲ ਦੇ ਮੁਤਾਬਕ ਬਾਕੀ ਲੀਡਰ ਜਿਹੜੇ ਸਹੀ ਤਰ੍ਹਾਂ ਪਰਫੋਰਮ ਨਹੀਂ ਕਰ ਪਾ ਰਹੇ ਇਲੈਕਸ਼ਨਸ ਦੇ ਵਿੱਚ, ਕਿ ਅਕਾਲੀ ਦਲ ਦੇ ਨਿਘਾਰ ਵਾਸਤੇ ਉਹੀ ਇੱਕ ਵੱਡਾ ਕਾਰਨ ਨੇ, ਉਹੀ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਬਣੇ ਹੋਏ ਨੇ ਅਕਾਲੀ ਦਲ ਵਾਸਤੇ? ਅਤੇ ਇਹਦੇ ਜਵਾਬ ਦੇ ਇਵਜ਼ ਦੇ ਵਿੱਚ ਮਾਲਵਿੰਦਰ ਮਾਲੀ ਨੇ ਇਹ ਜਵਾਬ ਦਿੱਤਾ ਹੈ ਕਿ ਅਕਾਲੀ ਦਲ ਦੇ ਨਿਘਾਰ ਦੇ ਕੰਢੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਵੇਲੇ ਹੀ ਸ਼ੁਰੂ ਹੋ ਗਏ ਸਨ। ਦਾਅਵਾ ਕਰਦੇ ਨੇ ਮਾਲਵਿੰਦਰ ਮਾਲੀ ਕਿ ਵੱਡੇ ਬਾਦਲ ਸਾਹਿਬ ਦੇ ਰਾਜ ਵੇਲੇ ਹੀ ਇਹ ਨਿਘਾਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ, ਇਹ ਨਿਘਾਰ ਦਿਖਣਾ ਸ਼ੁਰੂ ਹੋ ਗਿਆ ਸੀ, ਔਰ ਨਿਘਾਰ ਦੇ ਕੰਢੇ ਜਿਹੜੇ ਨੇ ਉਸੇ ਵੇਲੇ ਬੀਜੇ ਜਾ ਚੁੱਕੇ ਸੀ। ਮਾਲਵਿੰਦਰ ਮਾਲੀ ਇਸ ਗੱਲ ਦਾ ਦਾਅਵਾ ਕਰਦੇ ਨੇ, ਉਹਨਾਂ ਨੇ ਹਵਾਲਾ ਲਿਆ ਆ ਉਸ ਵੇਲੇ ਦਾ ਜਦੋਂ ਬੀਜੇਪੀ ਨੂੰ ਬਗੈਰ ਸ਼ਰਤ ਸਮਰਥਨ ਦੇ ਦਿੱਤਾ ਗਿਆ ਸੀ। ਉਹ ਸਿਆਸਤ ਵਿੱਚ, ਖਾਸ ਕਰਕੇ ਅਕਾਲੀ ਸਿਆਸਤ ਵਿੱਚ ਇੱਕ ਵੱਡਾ ਟਰਨਓਵਰ ਸੀਗਾ, ਕਿਉਂਕਿ ਅਕਾਲੀ ਸਿਆਸਤ ਜਿਹੜੀ ਹੈ ਉਹ ਭਾਵੇਂ ਕਿ ਨੋਰਮਲ ਵੇ ਨਾਲ ਚੱਲਦੀ ਪਈ ਸੀ, ਪਰ ਅਚਾਨਕ ਬੀਜੇਪੀ ਨੂੰ ਬਗੈਰ ਸ਼ਰਤ ਸਮਰਥਨ ਦੇ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਫੈਸਲਾ ਸੀ, ਜਿਸ ਨੂੰ ਪੰਥਕ ਤੌਰ ਦੇ ਉੱਤੇ ਜਾਂ ਫਿਰ ਪੰਥ ਦੀ ਸਿਆਸਤ ਦੇ ਤੌਰ ਦੇ ਉੱਤੇ ਜ਼ਿਆਦਾ ਸਰਾਹਿਆ ਨਹੀਂ ਜਾਂਦਾ, ਪਰ ਇਸ ਦੇ ਬਾਵਜੂਦ ਇਹ ਸਮਰਥਨ ਜਿਹੜਾ ਬਗੈਰ ਸ਼ਰਤ ਤੋਂ ਦਿੱਤਾ ਗਿਆ ਸੀ, ਔਰ ਇਸ ਬਗੈਰ ਸ਼ਰਤ ਦਿੱਤੇ ਸਮਰਥਨ ਦਾ ਇੱਕ ਵੱਡਾ ਰੋਲ ਰਿਹਾ ਆ ਮਾਲਵਿੰਦਰ ਸਿੰਘ ਮਾਲੀ ਦੇ ਕਹਿਣ ਮੁਤਾਬਕ ਇਸ ਨਿਘਾਰ ਦੇ ਅੰਦਰ। ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਬਗੈਰ ਸ਼ਰਤ ਸਮਰਥਨ ਦੇਣ ਕਾਰਨ ਪੰਜਾਬ ਦੇ ਅਤੇ ਪੰਥ ਦੇ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਇਸੇ ਤਰ੍ਹਾਂ ਜ਼ਾਇਆ ਚਲੇ ਗਏ, ਉਹ ਅੱਖੋਂ ਪਰੋਖੇ ਹੋ ਗਏ, ਔਰ ਪੰਜਾਬ ਦੇ ਲੋਕਾਂ ਨੇ ਇਹ ਸਵੀਕਾਰ ਨਹੀਂ ਸੀ। ਇਸ ਦੇ ਨਾਲ ਨਾਲ ਦਾਅਵਾ ਕੀਤਾ ਗਿਆ ਕਿ ਬਹੁਤ ਸਾਰੇ ਵਾਅਦੇ ਵੀ ਹੋਏ ਨੇ। ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਬਹੁਤ ਸਾਰੇ ਵਾਅਦੇ ਹੋਏ ਨੇ, ਜਿਹੜੇ ਵਾਅਦੇ ਅਕਾਲੀ ਸਰਕਾਰ ਨੇ ਕੀਤੇ ਜਾਂ ਅਕਾਲੀ ਲੀਡਰਾਂ ਨੇ ਬਾਅਦ ਵਿੱਚ ਸਰਕਾਰ ਤੋਂ ਬਾਅਦ ਕੀਤੇ, ਉਹਨਾਂ ਵਾਅਦਿਆਂ ਦੇ ਵਿੱਚ 2015 ਦੀ ਜਾਂਚ ਵੀ ਸੀ, 2015 ਬੇਅਦਬੀ ਕਾਂਡ ਅਤੇ ਗੋਲੀਕਾਂਡ ਦੀ ਜਾਂਚ ਵੀ ਸੀ, ਬਹੁਤ ਸਾਰੀਆਂ ਚੀਜ਼ਾਂ ਕਹੀਆਂ ਗਈਆਂ, ਪਰ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਹੋਇਆ ਕੁਝ ਵੀ ਨਹੀਂ, ਜਿਸ ਵਾਸਤੇ ਪੰਥ ਦੇ ਵਿੱਚ ਰੋਸ ਦੁੱਗਣਾ ਹੋ ਗਿਆ। ਉਹ ਕਹਿੰਦੇ ਨੇ ਇਸ ਦੇ ਵਿੱਚ ਇਜ਼ਹਾਰ ਆਲਮ ਅਤੇ DGP ਸੁਮੇਧ ਸੈਣੀ ਵੱਲੋਂ ਬਣਾਈਆਂ ਆਪਣੀਆਂ ਫੌਜਾਂ ਦਾ ਸਮਰਥਨ ਵੀ ਸੀ, ਉਹਨਾਂ ਨੇ ਆਪਣੇ ਵੱਲੋਂ ਪੁਲਿਸ ਗੱਠ ਜਿਹੜੇ ਨੇ ਉਹ ਬਣਾਏ ਸਨ, ਜੋ ਕਥਿਤ ਤੌਰ ਦੇ ਉੱਤੇ ਉਸ ਵੇਲੇ ਅਪਰਾਧੀਆਂ ਦੇ ਨਾਲ ਜੂਝ ਰਹੇ ਸਨ। ਪਰ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਉਹਨਾਂ ਦੀਆਂ ਬਣਾਈਆਂ ਫੌਜਾਂ ਦਾ ਸਮਰਥਨ ਜਿਹੜਾ ਉਹ ਕੀਤਾ ਗਿਆ, ਔਰ ਉਹਦੇ ਨਾਲ ਨਾਲ ਮਾਲਵਿੰਦਰ ਮਾਲੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਰਕਾਰੀ ਪੱਧਰ ਦੇ ਉੱਤੇ ਉਹਨਾਂ ਦੇ ਕੇਸ ਜਿਹੜੇ ਨੇ ਉਹ ਲੜਾਏ ਗਏ ਨੇ, ਇਹ ਵੀ ਇਲਜ਼ਾਮ ਉਹਨਾਂ ਨੇ ਲਗਾਇਆ। ਇਸ ਦੇ ਨਾਲ ਨਾਲ ਮਾਲਵਿੰਦਰ ਮਾਲੀ ਨੇ ਵੱਡਾ ਇਲਜ਼ਾਮ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਸਾਧਿਆ। ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਨੇ ਰਲ ਕੇ ਅਕਾਲੀ ਦਲ ਦਾ ਘਾਣ ਕੀਤਾ। ਮਾਲਵਿੰਦਰ ਮਾਲੀ ਦਾ ਇਹ ਵੱਡਾ ਇਲਜ਼ਾਮ ਦੋਵਾਂ ਦੇ ਉੱਤੇ, ਦੋਵੇਂ ਵੱਡੇ ਲੀਡਰ ਅਕਾਲੀ ਦਲ ਦੇ, ਪਰ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਕਹਿੰਦੇ ਨੇ ਕਿ ਇਹਨਾਂ ਦੋਵਾਂ ਲੀਡਰਾਂ ਨੇ ਅਕਾਲੀ ਦਲ ਦਾ ਘਾਣ ਕੀਤਾ। ਖੈਰ, ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੇ ਇਹਨਾਂ ਵਿਚਾਰਾਂ ਬਾਰੇ ਤੁਸੀਂ ਸਹਿਮਤੀ ਰੱਖਦੇ ਹੋ ਜਾਂ ਨਹੀਂ, ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ, ਔਰ ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। Subscribe to One India channel and never miss an update.